ਦੋਸਤ ਵੀ ਆ ਜਾਣਾ। ਅੱਜ ਮੈਂ ਤੁਹਾਨੂੰ ਲੈ ਕੇ ਆਇਆ ਪਟਿਆਲੇ ਦੇ ਇੱਕ ਬਹੁਤ ਸੋਹਣੇ ਮੇਲੇ 'ਚ। ਆਹ ਦੇਖੋ ਇੱਥੇ ਸਟਾਰਟਿੰਗ ਪਹਿਲਾਂ ਜਹਾਜ ਖੜਿਆ ਹੁੰਦਾ। ਆ ਜਾ ਮੇਲੇ ਨੂੰ ਤੁਹਾਨੂੰ ਮੈਂ ਅੰਦਰ ਦਿਖਾਵਾਂਗਾ ਜਾ ਕੇ। ਲਓ ਜੀ ਲੈ ਕੇ 40 ਰੁਪਏ ਦੀ ਟਿਕਟ ਆਪਾਂ ਵੀ ਪਹੁੰਚ ਗਏ ਮੇਲੇ ਦੇ ਅੰਦਰ। ਇਹ ਲੱਗਿਆ ਹੋਇਆ ਜੀ ਪਟਿਆਲਾ ਕਾਰਨੀਵਾਲ ਸਿੰਗਾਪੁਰ ਏਅਰਲਾਈਨ ਵਾਲਾ ਮੇਲਾ। ਅੱਜ ਦਿਖਾਉਂਦੇ ਹਾਂ ਤੁਹਾਨੂੰ ਮੇਲੇ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲਦਾ। ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਵੱਡਾ ਸਾਰਾ ਜਹਾਜ਼ ਬਣਾ ਕੇ ਖੜਾਇਆ ਹੋਇਆ ਇੱਥੇ। ਆਹ ਦੇਖ ਸਕਦੇ ਹੋ ਤੁਸੀਂ ਸਿੰਗਾਪੁਰ ਏਅਰਲਾਈਨ ਲਿਖਿਆ ਹੋਇਆ। ਇਹ ਅਸਲੀ ਜਹਾਜ਼ ਨਹੀਂ ਜੀ, ਸਿਰਫ ਇੱਕ ਡੰਮੀ ਬਣਾਈ ਹੋਈ ਹੈ ਬੱਚਿਆਂ ਨੂੰ ਖੁਸ਼ ਕਰਨ ਵਾਸਤੇ, ਕਿਉਂਕਿ ਜਦੋਂ ਮੈਂ ਅੰਦਰ ਨੂੰ ਗਿਆ ਮੈਨੂੰ ਲੱਗਿਆ ਜਹਾਜ਼ ਹੈ। ਅੰਦਰ ਜਾ ਕੇ ਦੇਖਿਆ ਤਾਂ ਜਹਾਜ਼ ਦੇ ਵਿੱਚ ਦੋਨੇ ਸਾਈਡਾਂ ਬੰਦ ਕਰੀਆਂ ਹੋਈਆਂ, ਸਿਰਫ ਫੋਟੋ ਲਾ ਕੇ ਜਹਾਜ਼ ਬਣਾਇਆ ਹੋਇਆ ਅਤੇ ਇੱਥੇ ਸਰਦਾਰ ਸਾਹਿਬ ਬੈਠੇ ਨੇ ਟੌਰ ਕੱਢ ਕੇ। ਜਿੱਦਾਂ ਹੀ ਅਸੀਂ ਨਿਕਲੇ ਜੀ ਬਾਹਰ ਨੂੰ ਅਤੇ ਮੇਲੇ ਦੇ ਵਿੱਚ ਫਿਰ ਵਾਪਸੀ ਹੋ ਗਈ ਸਾਡੀ। ਕਹਿੰਦੇ ਜਹਾਜ਼ ਨਹੀਂ ਉੱਡਦਾ ਭਾਈ, ਮੇਲਾ ਤੁਹਾਨੂੰ ਇੱਥੇ ਦੇਖਣਾ ਪੈਣਾ। ਤਾਂ ਅਸੀਂ ਉਤਰ ਗਏ ਜੀ ਪੌੜੀਆਂ ਤੋਂ ਨੀਚੇ, ਸਾਹਮਣੇ ਲੱਗਿਆ ਹੋਇਆ ਸੀ ਬਹੁਤ ਸੋਹਣਾ ਮੇਲਾ। ਸਾਹਿਬਦੀਪ ਸਾਹਮਣੇ ਖੜਾ ਖੁਸ਼ ਹੋ ਰਿਹਾ ਦੇਖ ਕੇ ਵੀ ਜਹਾਜ਼ ਦੇ ਵਿੱਚੋਂ ਨਿਕਲ ਕੇ ਆ ਗਏ ਤਾਂ ਪੋਪੜ ਕਰ ਦਿਆ। ਕਹਿੰਦਾ ਮੇਰਾ, ਮੈਂ ਕਿਹਾ ਕੋਈ ਗੱਲ ਨਹੀਂ ਚੱਲ ਤੂੰ ਮੇਲਾ ਦੇਖ। ਆ ਚਲੋ ਜੀ ਅਸੀਂ ਵੱਧ ਗਏ ਜੀ ਅੱਗੇ ਮੇਲੇ ਵੱਲ ਨੂੰ ਅਤੇ ਜਾਂਦੇ ਸਾਰ ਸਾਨੂੰ ਮਿਲੀਆਂ ਜੀ ਸ਼ੋਪਸ ਜਿੱਥੇ ਸੋਹਣੇ ਸੋਹਣੇ ਕਾਰਪੇਟ ਪਏ ਸੀ, ਬਹੁਤ ਸੋਹਣੇ ਡਿਜ਼ਾਈਨ ਨਾਲੇ ਰੱਖੇ ਹੋਏ ਸੀ ਇਹਨਾਂ ਨੇ ਸ਼ੋਪ ਦੇ ਉੱਪਰ। ਪਿੱਛੇ ਜਹਾਜ਼ ਦਿਖ ਰਿਹਾ ਸੀ। ਅੱਗੇ ਵੱਧਦਿਆਂ ਨੂੰ ਮਿਲ ਗਏ ਜੀ ਹੋਰ ਸ਼ੋਪਸ ਜਿੱਥੇ ਬਰਤਨਾਂ ਦੇ ਭੰਡਾਰ ਲੱਗਿਆ ਹੋਇਆ ਸੀ, ਕੌਲੀਆਂ ਕੱਪ ਗਲਾਸ ਪਏ ਸੀ। ਸਾਹਿਬ ਆਰੋ ਦੀ ਮੰਮੀ ਦੇਖ ਦੇਖ ਕੇ ਬੜੇ ਖੁਸ਼ ਹੋਣ ਵੀ ਇਹਦੇ ਵਿੱਚ ਕੁਛ ਨਾ ਕੁਛ ਲੈ ਕੇ ਜਾਵਾਂਗੇ। ਸਾਹਿਬਦੀਪ ਉੱਧਰ ਨੂੰ ਚੱਲਦਾ। ਅੱਗੇ ਮਿਲਿਆ ਜੀ ਸਾਨੂੰ ਬੁੜੀ ਦੇ ਵਾਲਾਂ ਵਾਲਾ, ਬੁੜੀ ਦੇ ਵਾਲ ਵੇਚ ਰਿਹਾ ਸੀ ਅਤੇ ਖਿੱਲਾਂ ਪੌਪਕੋਰਨ ਵੇਚ ਰਿਹਾ ਸੀ। ਅੱਗੇ ਜਾਂਦਿਆਂ ਨੂੰ ਬਹੁਤ ਸੋਹਣੇ ਸੋਹਣੇ ਬਰਤਨ ਬਣਾਏ ਹੋਏ ਸੀ ਲੱਕੜ ਦੇ, ਬਹੁਤ ਸੋਹਣੇ ਸੋਹਣੇ ਚੀਜ਼ਾਂ ਬਣੀਆਂ ਹੋਈਆਂ ਸੀ, ਛੱਲੇ ਬਣੇ ਹੋਏ ਸੀ, ਖਿਡੌਣੇ ਬਣੇ ਹੋਏ ਸੀ। ਮੇਲੇ ਦੇ ਵਿੱਚ ਰੌਣਕਾਂ ਕਾਫੀ ਲੱਗੀਆਂ ਹੋਈਆਂ ਸੀ। ਸੰਡੇ ਦਾ ਦਿਨ ਹੋਣ ਕਰਕੇ ਰਸ਼ ਹੋ ਗਿਆ ਸੀ, ਪੂਰਾ ਭੀੜ ਹੋਈ ਵੀ ਸੀ ਮੇਲੇ ਦੇ ਵਿੱਚ ਪੂਰੀ। ਅਤੇ ਆਹ ਕਾਰੀਗਰਾਂ ਨੇ ਬਹੁਤ ਸੋਹਣਾ ਲੱਕੜ ਦਾ ਸਮਾਨ ਬਣਾ ਕੇ ਰੱਖਿਆ ਹੋਇਆ ਸੀ। ਕਈ ਲੋਕ ਲੈ ਰਹੇ ਸੀ, ਕਈ ਨਹੀਂ ਲੈ ਰਹੇ ਸੀ, ਕਿਉਂਕਿ ਮਹਿੰਗਾ ਵੀ ਹੈ ਸਮਾਨ, ਇਹ ਮਹਿੰਗਾ ਹੀ ਹੁੰਦਾ। ਸ਼ੀਸ਼ ਮਹਿਲ ਦੇ ਮੇਲੇ ਦੀ ਯਾਦ ਆ ਗਈ ਆ ਸਮਾਨ ਦੇਖਦੇ ਹੋਏ ਸਾਨੂੰ। ਅਸੀਂ ਥੋੜ੍ਹਾ ਜਿਹਾ ਬਹੁਤ ਦੇਖਿਆ, ਕੁਰਸੀਆਂ ਵਗੈਰਾ ਚੈੱਕ ਕੀਤੀਆਂ, ਵਧੀਆ ਲੱਗਿਆ, ਥੋੜ੍ਹਾ ਮਹਿੰਗਾ ਸੀ। ਅਸੀਂ ਅੱਗੇ ਚੱਲ ਪਏ, ਅੱਗੇ ਜਾ ਕੇ ਦੇਖਿਆ ਸਾਨੂੰ ਬਹੁਤ ਸੋਹਣੇ ਵੇਲਣੇ ਪਰ ਲੱਕੜ ਦਾ ਸਮਾਨ ਮਿਲਿਆ, ਲੱਕੜ ਦੇ ਖਿਡੌਣੇ ਮਿਲੇ, ਬਹੁਤ ਸੋਹਣਾ ਸਮਾਨ ਰੱਖਿਆ ਹੋਇਆ ਮੇਲੇ ਦੇ ਵਿੱਚ। ਮੇਲੇ ਤਾਂ ਪਹਿਲਾਂ ਵੀ ਪਟਿਆਲੇ ਦੇ ਵਿੱਚ ਲੱਗਦੇ ਰਹਿੰਦੇ ਨੇ, ਲੇਕਿਨ ਇਸ ਵਾਰ ਵਾਲਾ ਮੇਲਾ ਥੋੜ੍ਹਾ ਜਿਹਾ ਵਧੀਆ ਹੈ, ਕਾਫੀ ਵੱਡਾ ਮੇਲਾ ਹੈ, ਕਾਫੀ ਜ਼ਿਆਦਾ ਸ਼ੋਪਸ ਨੇ, ਕਾਫੀ ਸ਼ੋਪਿੰਗ ਕਰਨ ਦੇ ਲਈ ਤੁਹਾਨੂੰ ਸਾਰੇ ਤਰ੍ਹਾਂ ਦਾ ਸਮਾਨ ਮਿਲ ਸਕਦਾ ਇੱਥੋਂ, ਖਿਡੌਣਿਆਂ ਤੋਂ ਲੈ ਕੇ ਸਭ ਕੁਛ, ਸੋਫੇ ਵਗੈਰਾ ਤੱਕ ਇੱਥੇ ਸਭ ਮਿਲ ਜਾਂਦੇ ਨੇ। ਬਹੁਤ ਰੌਣਕਾਂ ਲੱਗੀਆਂ ਹੋਈਆਂ ਨੇ ਮੇਲੇ ਦੇ ਵਿੱਚ। ਮੇਲਾ ਚੱਲ ਰਿਹਾ ਜੀ 16 ਅਗਸਤ ਤੋਂ ਲੈ ਕੇ 15 ਸਤੰਬਰ ਤੱਕ, ਸ਼ਾਮ ਨੂੰ 4 ਵਜੇ ਤੋਂ ਲੈ ਕੇ 10 ਵਜੇ ਤੱਕ ਚੱਲਦਾ ਜੀ ਇਹ ਮੇਲਾ। ਜਦੋਂ ਮਰਜ਼ੀ ਇੱਥੇ ਆ ਕੇ ਮੇਲਾ ਦੇਖ ਸਕਦੇ ਹੋ। ਅਸੀਂ ਥੋੜ੍ਹਾ ਜਿਹਾ ਦਿਨ ਦੇ ਵਿੱਚ ਆਏ ਸੀ, ਇੱਧਰ ਬੱਚਿਆਂ ਦੇ ਲੱਗੇ ਹੋਏ ਨੇ ਖੇਡਣ ਵਾਸਤੇ ਹਵਾ ਵਾਲੇ ਖਿਡੌਣੇ ਜੇ, ਉੱਪਰੋਂ ਚੜ੍ਹ ਚੜ੍ਹ ਕੇ ਮਾਰਨੇ ਨੇ ਛਾਲਾਂ, ਕਿਉਂਕਿ ਸਾਡੀ ਉਮਰ ਦੇ ਵਿੱਚ ਤਾਂ ਇਹ ਕੁਛ ਮਿਲਦਾ ਨਹੀਂ ਸੀ। ਸਾਡਾ ਵੀ ਦਿਲ ਕਰਦਾ ਕਿ ਅਸੀਂ ਉੱਪਰ ਚੜ੍ਹ ਕੇ ਛਾਲਾਂ ਮਾਰੀਏ, ਪਰ ਇਹ ਸਾਨੂੰ ਉੱਪਰ ਜਾਣ ਨਹੀਂ ਦਿੰਦੇ, ਕਹਿੰਦੇ ਬੱਚੇ ਹੀ ਜਾਣਗੇ। ਤਾਂ ਅਸੀਂ ਅੱਗੇ ਚੱਲੇ ਤਾਂ ਦੇਖਿਆ ਗੱਡੀਆਂ ਦੇ ਵਿੱਚ ਗੱਡੀਆਂ ਵੱਜਣ ਵਾਲਾ ਕੰਮ ਹੋ ਰਿਹਾ ਸੀ, ਇੱਕ ਦੂਜੇ 'ਚ ਮਾਰ ਰਹੇ ਸੀ ਬੱਚੇ ਗੱਡੀਆਂ, ਅਤੇ ਆਪਣੀ ਗੱਡੀ ਭਜਾ ਕੇ ਲੈ ਜਾਓ। ਲੋਕ ਆਪਣੀਆਂ ਗੱਡੀਆਂ ਇੱਕ ਦੂਜੇ ਮਾਰ ਰਹੇ ਸੀ ਅਤੇ ਭਜਾ ਕੇ ਲੈ ਕੇ ਜਾ ਰਹੇ ਸੀ। ਟ੍ਰੈਫਿਕ ਦੀ ਪੂਰੀ ਉਲੰਘਣਾ ਹੋ ਰਹੀ ਹੈ ਜੀ ਇੱਥੇ। ਅਤੇ ਅੱਗੇ ਨੂੰ ਵੱਧਦਿਆਂ ਅਤੇ ਅੱਗੇ ਜਾ ਕੇ ਦੇਖਿਆ ਅਸੀਂ ਕਿ ਇੱਕ ਵੱਡਾ ਸਾਰਾ ਚੁੱਲ੍ਹਾ ਥੱਲੇ ਤੋਂ ਉੱਪਰ ਨੂੰ ਜਾ ਰਿਹਾ, ਪੂਰਾ ਚਿੱਕ ਝਗਾੜਾ ਵੱਜ ਰਿਹਾ ਸੀ ਲੋਕਾਂ ਦਾ ਜਿਹੜੇ ਵਿੱਚ ਬੈਠੇ ਸੀ, ਉਹ ਮਾਰਾ ਚੱਕ ਕੇ ਕਰ ਲਿਆ ਥੱਲੇ ਨੂੰ, ਅਤੇ ਫਿਰ ਖਿੱਚਦੀ ਸਪੀਡ ਥੋੜ੍ਹੀ ਜਿਹੀ ਉੱਪਰ ਨੂੰ ਜਾ ਕੇ, ਨਾਲ ਹੈਗੀ ਵੱਡਾ ਸਾਰਾ ਚੰਡੋਲ। ਬੱਚੇ ਲੈ ਰਹੇ ਸੀ ਨਜ਼ਾਰੇ, ਆ ਦੇਖੋ ਜੀ ਉਛਲ ਉਛਲ ਕੇ ਵੱਜ ਰਹੇ ਨੇ। ਸਾਡੇ ਟਾਈਮ ਦੇ ਵਿੱਚ ਕਿੱਥੇ ਸੀਆਂ ਗੱਲਾਂ, ਹੁਣ ਤਾਂ ਮੇਲੇ ਬਹੁਤ ਸੋਹਣੇ ਹੋ ਗਏ, ਰੌਣਕਾਂ ਲੱਗੀਆਂ ਪਈਆਂ ਮੇਲੇ ਦੇ ਵਿੱਚ। ਸਾਹਿਬ ਦੀ ਪੌਪਕੋਰਨ ਖਾ ਰਿਹਾ ਅਤੇ ਮੇਲੇ ਦਾ ਇੰਜੋਏ ਕਰ ਰਿਹਾ ਪੂਰਾ। ਤੁਸੀਂ ਦੇਖੀ ਜਾਓ ਜੇ ਰੰਗ ਬੰਨੇ ਪਏ ਨੇ, ਅੱਗੇ ਅੱਗੇ ਜਾ ਕੇ ਦੇਖਿਓ, ਤੁਹਾਨੂੰ ਪੂਰਾ ਡਾਂਸ ਵੀ ਕਰਾਵਾਂਗੇ। ਬਹੁਤ ਸੋਹਣਾ ਮੇਲਾ ਬਣਿਆ ਹੋਇਆ ਸੀ ਇੱਥੇ ਮਾਹੌਲ,
ਜਿੱਦਾਂ ਜਿੱਦਾਂ ਅਸੀਂ ਅੱਗੇ ਵਧੇ ਤਾਂ ਅੱਗੇ ਆ ਗਿਆ ਭੂਤ ਬੰਗਲਾ। ਇੱਥੇ ਬਹੁਤ ਡਰਾਵਣੀ ਆਵਾਜ਼ਾਂ ਆ ਰਹੀਆਂ ਸੀ। ਸਾਹਿਬ ਨੂੰ ਕਿਹਾ ਚੱਲੇਗਾ ਅੰਦਰ, ਕਹਿੰਦਾ ਮੈਂ ਅੰਦਰ ਨਹੀਂ ਜਾਣਾ ਹੈਗਾ, ਮੈਨੂੰ ਤਾਂ ਬਾਹਰੋਂ ਸ਼ਕਲ ਦੇਖ ਕੇ ਡਰ ਲੱਗ ਰਿਹਾ ਜੀ, ਤਾਂ ਆਪਾਂ ਨੇ ਇੱਥੇ ਇਹਨੂੰ ਬੰਦ ਕਰ ਦਿੱਤਾ। ਸ਼ਾਮ ਦਾ ਹੋ ਗਿਆ ਜੀ ਮੌਸਮ ਸੁਹਾਨਾ, ਸ਼ਾਮ ਦਾ ਹੋ ਗਿਆ ਟਾਈਮ, ਧੁੱਪ ਚਲੀ ਗਈ ਅਤੇ ਹੁਣ ਥੋੜ੍ਹੀ ਥੋੜ੍ਹੀ ਲਾਈਟਿੰਗ ਹੋਏਗੀ। ਇੱਥੇ ਬਹੁਤ ਸੋਹਣਾ ਲੱਗੇਗਾ ਲਾਈਟਿੰਗ ਦੇ ਵਿੱਚ। ਹੁਣ ਦੇਖੋ ਇੱਧਰ ਲੋਕ ਰਿੰਗ ਪਾ ਕੇ ਆਪਣਾ ਇੰਜੋਏ ਕਰ ਰਹੇ ਨੇ, ਮੇਲੇ ਦੇ ਨਜ਼ਾਰੇ ਲੈ ਰਹੇ ਨੇ। ਇਹ ਰਿੰਗ ਪਾਉਂਦੇ ਨੇ ਅਤੇ ਮਸਾਂ ਇੱਕ ਅੱਧੀ ਫਰੂਟੀ ਕਿਸੇ ਨੂੰ ਮਿਲਦੀ ਹੈ, ਵੈਸੇ ਪੈਸੇ ਵੇਸਟ ਹੀ ਜਾਂਦੇ ਨੇ। ਛੋਟੇ ਬੱਚੇ ਲੈ ਰਹੇ ਨੇ ਨਜ਼ਾਰੇ, ਜਹਾਜ਼ ਦੇ ਵਿੱਚ ਬਿਠਾ ਕੇ ਕਦੀ ਸਪੀਡ ਖਿੱਚ ਦਿੰਦੇ ਨੇ, ਕਦੀ ਸਪੀਡ ਹੌਲੀ ਕਰ ਦਿੰਦੇ ਨੇ। ਛੋਟੇ ਛੋਟੇ ਬੱਚੇ ਨਜ਼ਾਰੇ ਲੈ ਰਹੇ ਨੇ ਵੀਰੇ। ਇਹ ਤੋਂ ਬਾਅਦ ਅਸੀਂ ਆਪਣਾ ਅੱਗੇ ਨੂੰ ਵੱਧਦੇ ਹੋਏ ਦੇਖਿਆ ਅਤੇ ਜਾਂਦੇ ਜਾਂਦੇ ਇੱਕ ਵੱਡੀਆਂ ਗੱਡੀਆਂ ਵਾਲੇ ਆ ਗਏ, ਕੁੜੀਆਂ ਗੱਡੀਆਂ ਭਜਾ ਰਹੀਆਂ ਨੇ। ਅਤੇ ਇੱਧਰੋਂ ਆ ਗਿਆ ਜੀ ਕੈਮਲ, ਇੰਜੋਏ ਕਰ ਰਹੇ ਨੇ, ਰਾਜਸਥਾਨ ਟੱਚ ਫੀਲ ਆ ਰਿਹਾ ਇੱਥੇ। ਇੰਜੋਏ ਕਰਦੇ ਜਾ ਰਹੇ ਹੋਏ ਨੇ ਊਠ ਲੈ ਕੇ, ਅਤੇ ਬੱਚੇ ਨੂੰ ਦੇਖ ਕੇ ਖੁਸ਼ ਹੋ ਰਹੇ ਨੇ। ਬੱਤਕਾਂ ਵਾਲੇ ਝੂਲੇ ਬੈਠੇ ਨੇ, ਛੋਟੇ ਛੋਟੇ ਬੱਚੇ ਮਜ਼ੇ ਲੈ ਰਹੇ ਨੇ ਜੀ ਪੂਰੇ ਸਪੀਡ ਚੱਕ ਚੱਕ ਕੇ। ਲਓ ਜੀ ਹੁਣ ਆਪਾਂ ਆ ਗਏ ਝੂਲੇ ਵਾਲੇ ਪਾਸੇ। ਦੇਖੋ ਇੱਧਰ ਬੱਤਕ ਭੱਜੀ ਜਾ ਰਹੀ ਹੈ, ਬਹੁਤ ਸੋਹਣੇ ਸੋਹਣੇ ਝੂਲੇ ਆਏ ਨੇ ਇਸ ਸਾਈਡ 'ਤੇ। ਅਤੇ ਅਗਲੇ ਵਾਲਾ ਤਾਂ ਬੜਾ ਖਤਰਨਾਕ ਆ ਗਿਆ, ਕੱਪ ਵਾਲਾ। ਇਹ ਕੱਪ ਚੱਕਰਾਂ ਦੇ ਵਿੱਚ ਪਾ ਦਿੰਦਾ ਜੀ, ਚੱਕਰ ਲਿਆ ਦਿੰਦਾ। ਤੁਸੀਂ ਵੀ ਲਓ ਹੁਣ ਨਜ਼ਾਰੇ ਮੇਲੇ ਦੇ, ਅਤੇ ਫੀਲ ਕਰੋ ਮੇਲੇ ਦਾ ਪ੍ਰੋਗਰਾਮ, ਅਤੇ ਸੁਣੋ ਇੱਥੋਂ ਦੀਆਂ ਆਵਾਜ਼ਾਂ ਅਤੇ ਚਿੰਗ ਚਿਹਾੜਾ। ਸਾਹਿਬਦੀਪ ਦੀ ਪੁਰਾਣੀ ਆਦਤ ਮੰਗਣ ਲੱਗ ਗਿਆ ਜੀ ਖਿਡੌਣੇ। ਅਸੀਂ ਕਿਹਾ ਪਹਿਲਾਂ ਕੈਮਲ ਦੇਖ ਨਜ਼ਾਰੇ ਲਏ, ਜੇ ਉੱਪਰ ਬੈਠਣਾ ਬੈਠ ਟੋਏ ਮਿਲਣਗੇ ਨਹੀਂ। ਪਰ ਇਹ ਕਿੱਥੇ ਹਟਦਾ ਜੀ, ਤੁਹਾਨੂੰ ਪਤਾ ਜਿੱਦ ਪਗਾ ਕੇ ਛੱਡਦਾ। ਹੁਣ ਇਹ ਟੋਏ ਪੱਕਾ ਲੈ ਕੇ ਹੀ ਜਾਏਗਾ ਇੱਥੋਂ। ਅਤੇ ਹੁਣ ਆਪਾਂ ਚੱਲਦੇ ਹਾਂ ਅੱਗੇ, ਦਿਖਾਉਂਦੇ ਤੁਹਾਨੂੰ ਰੰਗਾ ਰੰਗ ਪ੍ਰੋਗਰਾਮ। ਇੱਕ ਬੱਚੀ ਕਰ ਰਹੀ ਸੀ ਬਹੁਤ ਸੋਹਣਾ ਡਾਂਸ। ਰੰਗਾ ਰੰਗ ਪ੍ਰੋਗਰਾਮ ਦੇਖਣ ਤੋਂ ਬਾਅਦ ਅਸੀਂ ਚੱਲ ਪਏ ਜੀ ਅੱਗੇ ਨੂੰ, ਅਤੇ ਅੱਗੇ ਜਾ ਕੇ ਦੇਖਿਆ ਖਾਣ ਪੀਣ ਦੀਆਂ ਫੁੱਲ ਦੁਕਾਨਾਂ ਸੀ। ਜਿਹੜੇ ਸ਼ੌਂਕੀ ਨੇ ਜੀ ਖਾਣ ਪੀਣ ਦੇ, ਉਹਨਾਂ ਵਾਸਤੇ ਬਹੁਤ ਸਟਾਲਾਂ ਲੱਗੀਆਂ ਹੋਈਆਂ ਨੇ ਇੱਥੇ। ਤਰ੍ਹਾਂ ਤਰ੍ਹਾਂ ਦੀਆਂ ਚਾਟ ਟਿੱਕੇ, ਬਰਗਰ, ਪੀਜ਼ੇ ਸਾਰਾ ਕੁਝ ਮਿਲਦਾ ਜੀ ਇੱਥੇ। ਫੁੱਲ ਰੌਣਕਾਂ ਲੱਗੀਆਂ ਹੋਈਆਂ ਮੇਲੇ ਦੇ ਵਿੱਚ, ਵਿਆਹ ਵਾਲਾ ਮਾਹੌਲ ਬਣਿਆ ਪਿਆ। ਅਤੇ ਪੰਜਾਬੀ ਪੀਜ਼ਾ ਹਾਜ਼ਰ ਹੈ ਜੀ, ਅਤੇ ਸਾਹਿਬਦੀਪ ਨੇ ਖਾਧਾ ਇੱਥੇ ਪੰਜਾਬੀ ਪੀਜ਼ਾ, ਅਤੇ ਇਹਨੂੰ ਲੱਗਿਆ ਟੇਸਟ ਜੀ। ਅਤੇ ਉਹ ਤੋਂ ਬਾਅਦ ਅਸੀਂ ਦੇਖੀਆਂ ਮੇਲੇ ਦੀਆਂ ਰੌਣਕਾਂ। ਆਉਂਦਾ ਕਲਾ ਦਾ ਵੰਜਨੇ ਨਾਲ ਤੇ ਦੀ ਕਲਾ ਤੇ ਅੱਜ ਦੇ ਬੱਚੇ ਕੰਮ
ਸਾਹਿਬਦੀਪ ਨੇ ਵੀ ਕੀਤਾ ਜੀ ਗਾਣਾ ਲਾ ਕੇ ਇੰਜੋਏ। ਅਤੇ ਅੱਗੇ ਬਣੀ ਹੋਈ ਸੀ ਬਹੁਤ ਸੋਹਣੀ ਲਾਈਟਾਂ ਦੇ ਨਾਲ ਟ੍ਰੇਨ, ਇੱਥੇ ਲਾਈਟਾਂ ਦੇ ਨਾਲ ਬੋਤਲਾਂ, ਹਾਰਟ, ਬਹੁਤ ਕੁਛ ਬਣਿਆ ਹੋਇਆ ਸੀ। ਬੱਚੇ ਇੰਜੋਏ ਕਰ ਰਹੇ ਸੀ, ਵੱਡੇ ਛੋਟੇ ਫੋਟੋਆਂ ਖਿੱਚ ਰਹੇ ਸੀ। ਸਾਹਿਬਦੀਪ ਵੀ ਕਹਿੰਦਾ ਮੈਨੂੰ ਲੱਗ ਰਹੀ ਹੈ ਗਰਮੀ, ਪਿੱਤਾ ਕੋਲਡ ਡਰਿੰਕ। ਇੱਥੇ ਖੜਿਆ ਸੀ ਆਟੋ ਕੋਲਡ ਡਰਿੰਕ ਵਾਲਾ। ਅਤੇ ਉਹ ਤੋਂ ਬਾਅਦ ਅਸੀਂ ਚੱਲੇ ਅਤੇ ਅੱਗੇ ਦੇਖਿਆ ਸੋਫੇ ਵੀ ਪਏ ਨੇ। ਅਸੀਂ ਕਿਹਾ ਕਮਾਲ ਹੋ ਗਈ ਜੀ, ਵਿਹਲੇ ਦੇ ਵਿੱਚ ਸੋਫੇ ਵੀ ਮਿਲ ਰਹੇ ਨੇ, ਸਾਰਾ ਕੁਛ ਮਿਲ ਰਿਹਾ ਜੀ ਮੇਲੇ ਦੇ ਵਿੱਚ। ਨਜ਼ਾਰੇ ਵੀ ਲਓ, ਇੰਜੋਏ ਵੀ ਕਰੋ, ਸ਼ੋਪਿੰਗ ਵੀ ਕਰੋ, ਖਾਓ ਪੀਓ ਵੀ। ਦੇਖੋ ਜੀ ਇਹ ਹੁਣ ਐਂਡ ਵਾਲੇ ਪੁਆਇੰਟ ਨੂੰ ਚੱਲ ਪਏ ਅਸੀਂ। ਇੱਥੋਂ ਬਾਹਰ ਜਾਂਦੇ ਜਾਂਦੇ ਬੱਚੇ ਖੇਡ ਰਹੇ ਸੀ ਖਿਡੌਣਿਆਂ ਦੇ ਨਾਲ, ਫੋਟੋ ਖਿਚਾ ਰਿਹਾ ਸੀ ਇੱਕ ਮੁੰਡਾ, ਮੈਨੂੰ ਦੇਖ ਕੇ ਹੱਸਣ ਲੱਗ ਪਿਆ। ਮੈਂ ਕਿਹਾ ਕੋਈ ਨਹੀਂ ਕੰਟੀਨਿਊ ਰਹਿ, ਚੱਲਣ ਦੇ ਮੇਲਾ ਆਇਆ ਹੋਇਆ, ਕੋਈ ਚੱਕਰ ਨਹੀਂ। ਹੌਲੀ ਹੌਲੀ ਸਾਹਿਬਦੀਪ ਵੱਧ ਰਿਹਾ ਖਿਡੌਣਿਆਂ ਦੇ ਵੱਲ, ਲੇਕਿਨ ਉਹਦੇ ਮੰਮਾ ਕੋਈ ਸਮਾਨ ਖਰੀਦਣ ਦੇ ਵਿੱਚ ਲੱਗੇ ਹੋਏ ਨੇ ਅਤੇ ਉਹ ਮੇਰੇ ਨਹੀਂ ਦੇਖ ਰਿਹਾ ਵੀ ਕਿੱਧਰ ਗਿਆ ਪਾਪਾ। ਅਤੇ ਹੌਲੀ ਹੌਲੀ ਉਹ ਖਿਡੌਣੇ ਵਾਲੇ ਪਾਸੇ ਨੂੰ ਜਾਣ ਨੂੰ ਫਿਰਦਾ। ਮੈਨੂੰ ਪਤਾ ਇਹ ਖਿਡੌਣਾ ਪੱਕਾ ਲਊਗਾ ਮੇਲੇ ਦੇ ਵਿੱਚ ਆਵੇ, ਸਾਹਿਬ ਤੇ ਖਿਡੌਣਾ ਨਾ ਲਵੇ ਤਾਂ ਉਹ ਕਦੇ ਹੋ ਹੀ ਨਹੀਂ ਸਕਦਾ। ਅਤੇ ਹੁਣ ਦੇਖਿਓ ਜੀ ਸਾਹਿਬਦੀਪ ਨੂੰ ਮਿਲ ਗਈਆਂ ਸ਼ੌਪਸ। ਦੇਖ ਸਾਰਾ ਕੁਛ ਦੇਖਿਆ ਆ ਸਾਹਿਬ, ਦੇਖੀ ਤਾਂ ਫਿਰਦਾ ਸਾਰਾ ਕੁਛ। ਚੱਲ ਦੀਵਾਲੀ ਵਾਲੀ, ਦੀਵਾਲੀ ਚਲਾਉਣੀ ਹੈ ਤਾਂ ਦੀਵਾਲੀ ਵਾਲੀ ਹੈ। ਨਾਨੀ ਡਰਾ ਦੀ ਜਾ ਕੇ ਦੇਖੋ ਖਿਲੌਣੇ ਦੇਖੋ। ਹਾਂ ਲਓ ਜੀ ਸਾਹਿਬ ਨੇ ਤਾਂ ਲੈ ਲਈ ਹੈ। ਇਹ ਦੋ ਨੇ, ਦੋ ਰੱਖੇਗਾ। ਅੱਛਾ ਲੈ ਬਾਈ ਸਾਹਿਬ ਨੇ ਤਾਂ ਲੈ ਲਿਆ ਆਪਣਾ ਹੈ ਗਿਫਟ ਟੈਂਪਰ। ਦੋ ਦੋ ਗੰਨਾ ਰੱਖੇਗਾ ਹੁਣ ਤੂੰ ਹੈ। ਆ ਜਾ ਲਓ ਜੀ ਅੱਗੇ ਚੱਪਲਾਂ ਦੀ ਸ਼ੌਪ ਆ ਗਈ। ਚੱਪਲਾਂ, ਜੁੱਤੀਆਂ, ਪੰਜਾਬੀ ਜੁੱਤੀ, ਸਾਰੇ ਤਰ੍ਹਾਂ ਦੀਆਂ ਜੁੱਤੀਆਂ ਪਈਆਂ ਸੀ। ਇੱਥੇ ਲੋਕਾਂ ਦੀ ਕਾਫੀ ਭੀੜ ਲੱਗੀ ਹੋਈ ਸੀ ਕਿਉਂਕਿ ਪਟਿਆਲਾ ਦੀ ਜੁੱਤੀ ਬਹੁਤ ਮਸ਼ਹੂਰ ਹੈ। ਲੋਕ ਪਟਿਆਲਾ ਸ਼ਾਹੀ ਜੁੱਤੀ ਖਰੀਦੇ ਸੀ, ਪਰ ਇੰਨੀ ਕੋਈ ਮੈਨੂੰ ਖਾਸ ਜੈਂਟਸ ਵਾਲੀ ਤਾਂ ਲੱਗੀ ਨਹੀਂ, ਲੇਡੀਜ਼ ਵਾਲੀ ਜ਼ਿਆਦਾ ਸੀ। ਅਤੇ ਉਹ ਤੋਂ ਬਾਅਦ ਕੱਪੜੇ ਸੀ ਜੀ ਲੇਡੀਜ਼ ਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਲੇਡੀਜ਼ ਸ਼ੋਪਿੰਗ ਪੱਕਾ ਕਰਨਗੀਆਂ, ਸੂਟ ਖਰੀਦਣਗੀਆਂ, ਜੁੱਤੀਆਂ ਖਰੀਦਣਗੀਆਂ, ਇਹ ਸ਼ੋਪਿੰਗ ਕਰਦੀਆਂ ਹੀ ਕਰਦੀਆਂ ਨੇ। ਬੰਦੇ ਤਾਂ ਸਿਰਫ ਝੂਲੇ ਲੈ ਕੇ ਖਾ ਪੀ ਕੇ ਚੱਲਦੇ ਬਣਦੇ ਨੇ ਇੱਥੋਂ ਨੱਚ ਟੱਪ ਕੇ। ਲੇਡੀਜ਼ ਇੱਥੇ ਕਰਦੀਆਂ ਨੇ ਜੀ ਸ਼ੋਪਿੰਗ, ਸੂਟ ਹੀ ਸੂਟ ਲੱਗੇ ਹੋਏ ਸੀ ਤਰ੍ਹਾਂ ਤਰ੍ਹਾਂ ਦੇ, ਬਹੁਤ ਸੋਹਣੇ ਸੂਟ ਸੀ। ਕੋਈ ਲੈ ਰਿਹਾ ਸੀ, ਕੋਈ ਦੇਖ ਰਿਹਾ ਸੀ, ਕੋਈ ਇੱਦਾਂ ਹੀ ਮੇਰੇ ਵਰਗਾ ਫੋਟੋ ਖਿੱਚ ਕੇ ਅੱਗੇ ਨੂੰ ਜਾ ਰਿਹਾ ਸੀ। ਕਿਵੇਂ ਲੱਗਿਆ ਜੀ ਫਿਰ ਮੇਲਾ? ਇੰਜੋਏ ਕੀਤਾ ਪੂਰਾ? ਖਾਇਆ ਪੀਆ ਕੁਛ? ਕੀ ਲਿਆ ਖਿਲੌਣਾ ਕੀ ਲਿਆ? ਅੱਛਾ ਠੀਕ ਹੈ। ਕੀ ਕਹੋਗੇ ਆਪਣੇ ਦੋਸਤਾਂ ਨੂੰ? ਇੱਥੇ ਜ਼ਰੂਰ ਆਏ,
ਬਹੁਤ ਮਜ਼ਾ ਆਉਂਦਾ ਹੈ ਨਾ।